ਸੰਜੋਗੀ ਜੋ ਵੀ ਹੈ ਭਾਈ ਵੀਰ ਭਾਈ ਵੀ ਮੇਰੀ ਬੇਨਤੀ ਇਹ ਹੈ ਵੀ ਆਪਣਾ ਜਿਹੜਾ ਵੀ ਇਹ ਕਰਮ ਆਪਣੇ ਹੱਥੀਂ ਹੋ ਜਾਏ ਇਹ ਸਭ ਤੋਂ ਅੱਛੀ ਬਾਤ ਹੈ ਜਿਉਂਦੇ ਜੀ ਆਪਣਾ ਕਰ ਲੈਣਾ ਕਰੀਏ ਕਰਮ ਅਤੇ ਇਸ ਤੋਂ ਜ਼ਿਆਦਾ ਮੈਨੂੰ ਕੁਛ ਨਹੀਂ ਲਾਭ ਮਿਲਿਆ ਮੇਰਾ ਕਹਿਣਾ ਸਾਰਿਆਂ ਨੂੰ ਬਈ ਜੋ ਵੀ ਕੋਈ ਮਾਈ ਭਾਈ ਜਾਂ ਕੋਈ ਨੌਜਵਾਨ ਗਲਤ ਰਸਤੇ ਜਾਂਦੇ ਆ ਉਹ ਆਪਣੇ ਭਾਈ ਸੁਧਾਰ ਕਰਨ ਅਤੇ ਸਿੱਧੇ ਰਸਤੇ ਚੱਲਣ ਬਸ ਇੰਨੀ ਕੁ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਅੱਜ ਬਹੁਤ ਪਿੰਡ ਮਾਜਰੀ ਸੁਣੀਆਂ ਦੇ ਵਿੱਚ ਬਹੁਤ ਵੱਡਾ ਸਲਾਮਾ ਜੋ ਕੰਮ ਹੋਇਆ ਜੋ ਕਿ ਹਰ ਸਾਲ ਦੀ ਤਰ੍ਹਾਂ ਲਗਾਤਾਰ 5 ਸਾਲ ਹੋ ਗਏ ਆ ਅਤੇ ਕਹਿਣਾ ਉਹਨਾਂ ਨੇ ਆਪਣਾ ਕਿਰਿਆ ਕਰਮ ਆਪ ਕਰਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਊਠ ਆਸਰਾ ਲੈ ਕੇ ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਬੰਦਾ ਚੱਲਿਆ ਜਾਂਦਾ ਵੀ ਉਹਨਾਂ ਨੇ ਕੀ ਦੇਖਣਾ ਹੁੰਦਾ ਠੀਕ ਆ ਵੀ ਅੱਜ ਕਹਿਣਾ ਮੈਂ ਆਪਣੀ ਅੱਖੀਂ ਦੇਖ ਕੇ ਸਾਰਾ ਕੁਛ ਆਪਣਾ ਮੈਂ ਦਾਨ ਪੁੰਨ ਜੋ 10 ਨੌਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਕਹਿਣਾ ਲੰਗਰ ਪਾਣੀ ਬਾਬਾ ਚਰਨ ਦਾਸ ਦੀ ਸਮਾਧ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਊਠ ਆਸਰਾ ਲੈ ਕੇ ਅੱਜ ਪੂਰਾ ਲੰਗਰ ਪਾਣੀ ਚਲਾਇਆ ਤਾਂ ਪੂਰਾ ਨਗਰ ਅਤੇ ਇਲਾਕੇ ਰਿਸ਼ਤੇਦਾਰ ਭੈਣ ਭਾਈ ਸਾਰੇ ਪਹੁੰਚ ਕੇ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਦਰਸ਼ਨ ਕੀਤੇ ਆ ਤਾਂ ਉਹਨਾਂ ਦਾ ਬਹੁਤ ਸਾਰੇ ਪਰਿਵਾਰ ਦਾ ਮੈਂ ਰਿਣੀ ਹਾਂ ਅਤੇ ਐਸਾ ਜਿਹੜਾ ਸਮਾਜ ਆ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਆ ਮੈਂ ਬਹੁਤ ਸਾਰਿਆਂ ਦਾ ਰਿਣੀ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।